ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕੀਤਾ ਕਤਲ। ਖੇਤਾਂ ਚ ਪਾਣੀ ਦੀ ਵਾਰੀ ਪਿੱਛੇ ਹੋਇਆ ਗੁਆਂਢੀਆਂ ਨਾਲ ਝਗੜਾ। ਗੋਲੀਆਂ ਮਾਰਨ ਤੋਂ ਬਾਅਦ ਕਹੀਆਂ ਨਾਲ ਵੀ ਕੀਤੇ ਕਈ ਵਾਰ। ਝੋਨੇ ਦੇ ਖੇਤਾਂ ਚ ਹੋਇਆ ਖੂਨੋ ਖੂਨ। ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਝੋਨੇ ਦੇ ਖੇਤਾਂ 'ਚ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਕਤਲ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਖੇਤਾਂ ਦੇ ਵਿੱਚ ਪਾਣੀ ਦੀ ਵਾਰੀ ਪਿੱਛੇ ਇਹ ਸਾਰਾ ਝਗੜਾ ਚੱਲ ਰਿਹਾ ਸੀ ਤੇ ਉਹ ਝਗੜਾ ਵੀ ਆਪਣੇ ਹੀ ਗੁਆਂਢੀਆਂ ਦੇ ਨਾਲ, ਜਿਸਦੀ ਕਿ ਜ਼ਮੀਨ ਬਿਲਕੁਲ ਉਹਨਾਂ ਦੀ ਜ਼ਮੀਨ ਦੇ ਨਾਲ ਲੱਗਦੀ ਸੀ, ਉਹਨਾਂ ਦੇ ਨਾਲ ਹੀ ਪਾਣੀ ਦੀ ਵਾਰੀ ਨੂੰ ਲੈ ਕੇ ਇਹ ਝਗੜਾ ਹੋਇਆ, ਜਿਸ ਤੋਂ ਬਾਅਦ ਉਹਨਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਖੇਤਾਂ ਦੇ ਵਿੱਚ ਹੀ ਖੂਨੋ ਖੂਨ ਕਰ ਦਿੱਤੇ ਪਿਓ ਪੁੱਤ, ਜਿਸ ਤੋਂ ਬਾਅਦ ਉਹਨਾਂ ਦੀ ਦੋਵਾਂ ਦੀ ਮੌਤ ਹੋ ਗਈ ਹੈ। ਤਾਂ ਖਬਰ ਜਲਾਲਾਬਾਦ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਪਿਓ ਪੁੱਤ ਦੇ ਵੱਲੋਂ ਜ਼ਮੀਨ ਠੇਕੇ ਦੇ ਉੱਤੇ ਲੈ ਕੇ ਖੇਤੀ ਕੀਤੀ ਜਾ ਰਹੀ ਸੀ, ਝੋਨਾ ਲਾਇਆ ਹੋਇਆ ਸੀ ਤੇ ਬੀਤੇ ਦਿਨਾਂ ਜਦੋਂ ਉਹ ਪਾਣੀ ਲਾ ਰਹੇ ਸੀ ਤਾਂ ਅਚਾਨਕ ਹੀ ਨਾਲ ਦੀ ਜ਼ਮੀਨ ਵਾਲੇ ਉੱਥੇ ਆਉਂਦੇ ਨੇ ਤੇ ਆਉਂਦੇ ਹੀ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਜਦੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਕਿਹਾ ਜਾ ਰਿਹਾ ਕਿ 5 ਤੋਂ 6 ਰਾਊਂਡ ਫਾਇਰ ਜੋ ਨੇ ਉਹ ਪਿਓ ਦੇ ਲੱਗੇ ਨੇ ਤੇ 4 ਤੋਂ 5 ਰਾਊਂਡ ਫਾਇਰ ਪੁੱਤ ਦੇ ਲੱਗੇ ਨੇ, ਜਿਸ ਦੇ ਕਾਰਨ ਉਹ ਝੋਨੇ ਦੇ ਖੇਤ 'ਚ ਹੀ ਪਾਣੀ ਦੇ ਵਿੱਚ ਹੀ ਲਿਟ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਖੂਨੋ ਖੂਨ ਉਹ ਸਾਰਾ ਪਾਣੀ ਹੋ ਜਾਂਦਾ। ਮੌਕੇ ਦੇ ਉੱਤੇ ਕੁਝ ਲੋਕ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਜਦੋਂ ਦੋਵਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉਦੋਂ ਤੱਕ ਉਹਨਾਂ ਦੀ ਮੌਤ ਹੋ ਜਾਂਦੀ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਪਹਿਲਾਂ ਵੀ ਇੱਕ ਵਾਰੀ ਝਗੜਾ ਹੋਇਆ ਸੀ, ਉਸ ਸਮੇਂ ਸਮਝੌਤਾ ਹੋ ਗਿਆ ਸੀ, ਪਰ ਹੁਣ ਇੱਕ ਵਾਰ ਮੁੜ ਤੋਂ ਇਸ ਝਗੜੇ ਨੇ ਖੂਨੀ ਰੂਪ ਧਾਰ ਲਿਆ। ਮਾਮੂਲੀ ਜਿਹੀ ਗੱਲ ਪਿੱਛੇ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਜਦੋਂ ਇਹ ਕਤਲ ਦੀ ਵਾਰਦਾਤ ਹੋਈ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਜੋ ਪੁੱਤ ਸੀ ਉਸਦੀ ਮਾਂ ਚਾਹ ਲੈ ਕੇ ਖੇਤਾਂ ਦੇ ਵਿੱਚ ਆਈ ਹੋਈ ਸੀ ਅਤੇ ਉਸਦੇ ਸਾਹਮਣੇ ਹੀ ਸ਼ਰੇਆਮ ਇਹ ਗੋਲੀਆਂ ਮਾਰੀਆਂ ਗਈਆਂ ਨੇ, ਜਿਸ ਦੇ ਕਾਰਨ ਹੁਣ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ ਹੈ। ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਪਿਓ ਪੁੱਤ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਜਲਾਲਾਬਾਦ ਦੇ ਵਿੱਚ ਇਹ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਮਾਮਲਾ ਕੁਛ ਨਹੀਂ, ਪਾਣੀ ਦਾ ਰੌਲਾ ਸੀ ਕੁਛ। ਅੱਛਾ, ਕੀ ਹੋਇਆ, ਕੀ ਫਿਰ ਉਸ ਤੋਂ ਬਾਅਦ? ਹੁਣ ਭਾਅ ਜੀ ਅਸੀਂ ਤਾਂ ਬਾਅਦ 'ਚ ਆਏ, ਸਾਨੂੰ ਤਾਂ ਪਤਾ ਨਹੀਂ, ਵੈਸੇ ਮੈਂ ਤਾਂ ਗੱਡੀ ਵਾਲਾ ਹੀ, ਚਲੋ ਅਸੀਂ ਆਏ, ਸਾਨੂੰ ਸੱਦਿਆ ਇਹਨਾਂ ਨੇ ਵੀ ਚਲੋ ਇਹਨਾਂ ਨੂੰ ਡੈੱਡ ਬੋਡੀਆਂ ਲੈ ਕੇ ਜਾਣੀਆਂ ਜੀ, ਅਤੇ ਆਪਾਂ ਆਏ ਹਾਂ ਜੀ। ਕੀ ਦੱਸਦੇ ਕੀ ਨੇ ਜੀ, ਕੀ ਉਹਨਾਂ ਕੇ? ਬਸ ਇਹ ਪਾਣੀ ਰੌਲੇ ਕਰਕੇ ਵੀ ਇਹਨਾਂ ਦੇ ਗੋਲੀਆਂ ਲੱਗੀਆਂ ਜੀ, ਇਹਨਾਂ ਨੇ ਅੱਗੇ ਤੋਂ ਫਾਇਰਿੰਗ ਕੀਤੀ ਇਹਨਾਂ 'ਤੇ। ਹਾਂਜੀ, ਅਤੇ ਹੋਰ ਵੀ ਸੱਟਾਂ ਮਾਰੀਆਂ ਕਈਆਂ ਜੀ? ਸਿਰ ਦੇ ਵਿੱਚ ਕਈਆਂ ਦੀਆਂ ਸੱਟਾਂ ਵੱਜੀਆਂ ਹੋਈਆਂ ਜੀ, ਸਾਰੇ ਪਿੰਡ ਨੂੰ ਪਤਾ ਜੀ, ਸਾਰੇ ਪਿੰਡ ਦੇ ਸਾਹਮਣੇ ਹੋਇਆ ਜੋ ਕੁਛ ਹੋਇਆ ਜੀ। ਇਹ ਨਹੀਂ ਵੀ ਟਿੰਬੇ 'ਤੇ ਸੀਗਾ ਜੀ, ਇਹ ਤਾਂ ਸਾਨੂੰ ਅੱਧਾ ਘੰਟਾ ਬਾਅਦ 'ਚ ਪਤਾ ਲੱਗਾ ਜੀ, ਸਾਰਾ ਪਿੰਡ ਇਕੱਠਾ ਹੋ ਗਿਆ ਸੀ ਉਦੋਂ ਅਸੀਂ ਗਏ। ਫਿਰ ਕਿੰਨੇ ਵਜੇ ਦੀ ਗੱਲ? ਇਹ ਮੰਨ ਕੇ ਚੱਲੋ ਜੀ 5 ਵਜੇ, 5:30 ਦੀ, 5:15 ਵਜੇ ਦੀ ਗੱਲ ਹੈ ਜੀ। ਅਤੇ ਇਹ ਕਿਹੜੇ ਪਿੰਡ ਦਾ ਮਾਮਲਾ? ਪਿੰਡ ਪਾਕਾਂ ਦਾ ਜੀ। ਅੱਛਾ, ਕੌਣ ਸੀਗੇ ਇਹਨਾਂ ਦਾ, ਕੀ ਨਾਮ ਨੇ ਜੀ? ਇਹਨਾਂ ਦਾ ਨਾਮ ਇੱਕ ਤਾਂ ਪਲਵਿੰਦਰ ਸਿੰਘ, ਕਿਹਨਾਂ ਦਾ ਜੀ? ਜਿਹੜੇ ਜਿਹਨਾਂ ਦੀ ਮੌਤ ਹੋਈ? ਜਿਹਨਾਂ ਦੀ ਮੌਤ ਹੋਈ, ਅਵਤਾਰ ਸਿੰਘ ਜੀ। ਅੱਛਾ, ਦੂਜੇ ਦਾ ਜੀ? ਉਹਨਾਂ ਦਾ ਲੜਕਾ ਹਰਮੀਤ ਸਿੰਘ। ਕਿੰਨੀ ਕਿੰਨੀ ਉਮਰ ਦੇ ਨੇ ਜੀ? ਇਹ 55 ਸਾਲ ਇਹਨਾਂ ਦੇ ਡੈਡੀ ਦੀ ਉਮਰ ਹੈ, ਇਹ 30 ਸਾਲ ਦਾ ਲੜਕਾ ਜੀ। ਪਿਓ ਪੁੱਤਰ ਨੇ? ਹਾਂਜੀ, ਪਿਓ ਪੁੱਤਰ ਜੀ। ਅਤੇ ਘਰ ਦੇ ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ? ਹਾਲਾਤ, ਛੋਟਾ ਮੁੰਡਾ ਜਿਹੜਾ ਜੀ ਉਹ ਤਾਂ ਜੀ ਹੈਂਡੀਕੈਪ ਹੈ ਜੀ, ਅਤੇ ਇਹਨਾਂ ਦਾ ਜਿਹੜੀ ਮੁੰਡਾ ਸੀਗਾ ਉਹਨਾਂ ਦੀ ਵਾਈਫ ਕੋਲ ਇੱਕ 5 ਮਹੀਨੇ ਦਾ ਬੱਚਾ ਜੀ, ਇੱਕ ਗੁੜੀਆ ਜੀ 2 ਸਾਲ ਦੀ। ਹਾਂਜੀ, ਮੇਰਾ ਨਾਮ ਬਲਵੰਤ ਸਿੰਘ। ਕੀ ਲੱਗਦੀ ਸੀਗੀ ਤੁਹਾਡੇ? ਮੇਰੇ ਚਾਚੇ ਹੈ ਜੀ। ਅਤੇ ਕਿੰਨੀਆਂ ਕੁ ਗੋਲੀਆਂ ਲੱਗੀਆਂ ਨੇ ਭਾਈ? ਕਹਿਣ ਮੁਤਾਬਕ ਕਹਿੰਦੇ 5-5, 6-6 ਗੋਲੀਆਂ ਲੱਗੀਆਂ ਜੀ। ਚਾਚਾ ਜੀ ਨੂੰ 3 ਗੋਲੀਆਂ ਕਿ 4 ਲੱਗੀਆਂ, ਇਹਨੂੰ 6 ਗੋਲੀਆਂ ਲੱਗੀਆਂ ਜੀ।
ਤੇ ਇੰਨੀ ਬੇਰਹਿਮੀ ਨਾਲ ਮਾਰਿਆ? ਹਾਂਜੀ, ਬਹੁਤ ਝੋਨੇ 'ਚ ਬੇਰਹਿਮੀ ਨਾਲ ਮਾਰਿਆ ਜੀ। ਕਾਰਨ ਕੀ ਬਣਿਆ ਜੀ? ਇਹਨਾਂ ਦਾ ਪਹਿਲਾਂ ਮਾੜਾ ਮੋਟਾ ਰੌਲਾ ਸੀਗਾ ਜੀ, ਪਾਣੀ ਦੀ ਵਾਰੀ ਪਿੱਛੇ ਨਿਕਾਲ ਪਿੱਛੇ ਰੌਲਾ ਪਿਆ ਜੀ। ਇਹਨਾਂ ਪਾਣੀ ਵਢਾ ਦਿੱਤਾ ਜੀ, ਸਾਰਾ ਕੁਛ ਹੋ ਗਿਆ, ਮਗਰੋਂ ਜੋ ਵੀ ਕੁਛ ਹੋਇਆ ਮਗਰੋਂ ਹੋਇਆ ਜੀ। ਖੇਤ 'ਚ ਹੀ ਹੋਇਆ? ਖੇਤ 'ਚ ਹੀ ਹੋਇਆ। ਖੇਤ ਕਿੱਥੇ? ਖੇਤ ਟਿੱਬੇ 'ਤੇ ਆ ਜੀ, ਬੋਰੀਆਂ ਦੀ। ਪਾਕਾ ਪਿੰਡ ਪੈ ਜਾਂਦਾ ਜੀ ਥਾਣੇ ਅਰਨੇ ਵਾਲੇ 'ਚ। ਉੱਥੇ ਜ਼ਮੀਨੀ ਪਾਣੀ ਦੇ ਵਿਵਾਦ 'ਤੇ ਇਹ ਗੋਲੀਆਂ ਚਲਾਤੀਆਂ ਅਕਿਊਜ਼ਡ ਪਾਰਟੀ ਨੇ, ਮੁਜਰਮ ਪਾਰਟੀ 'ਤੇ। ਅਤੇ 5:30 ਦੀ ਗੱਲ ਹੈ, ਪਿੰਡ ਪਾਕਾ ਦੀ ਗੱਲ ਹੈ। ਅਤੇ ਇਹ ਸੀਗੇ ਅਵਤਾਰ ਸਿੰਘ ਸਨ ਆਫ ਜਗੀਰ ਸਿੰਘ, ਇਹਦੀ 55 ਸਾਲ ਏਜ ਹੈ, ਇਹਦਾ ਲੜਕਾ ਹਰਮੀਤ ਸਿੰਘ, ਜਿਹੜੇ ਮਰਨ ਵਾਲੇ ਨੇ ਦੋਨੋਂ, ਇਹਨਾਂ ਦੇ ਗੋਲੀਆਂ ਵੱਜੀਆਂ ਨੇ। ਨਾ ਰਿਸ਼ਤਾ ਕੋਈ ਨਹੀਂ ਆਪਸ 'ਚ, ਇਹ ਪਿਓ ਪੁੱਤਰ ਨੇ। ਹਾਂ, ਜਿਹੜੇ ਮਰਨ ਵਾਲੇ ਦੋਨੇ ਪਿਓ ਪੁੱਤਰ ਨੇ। ਜਿਹੜੇ ਮਾਰਨ ਵਾਲੇ ਨੇ ਬਲਵਿੰਦਰ ਸਿੰਘ ਹੈ, ਬਲਵੀਰ ਸਿੰਘ ਹੈ ਅਤੇ ਰਘਵੀਰ ਸਿੰਘ, ਇਹ ਜੋਗਿੰਦਰ ਸਿੰਘ ਦੇ ਮੁੰਡੇ ਨੇ। ਇਹ ਵੀ ਸ਼ੇਰੇਵਾਲਾ ਰੋਡ ਪਾਕਾਂ ਦੇ ਰਹਿਣ ਵਾਲੇ ਨੇ। ਇੱਕ ਬਲਵੀਰ ਸਿੰਘ ਦਾ ਮੁੰਡਾ ਸੀ ਅਨਮੋਲਦੀਪ। ਮਰਡਰ ਕਰਨ ਵਾਲੇ ਕਿੰਨੇ ਜਣੇ ਸੀ? 4 ਜਣੇ ਫਿਲਹਾਲ ਪਤਾ ਲੱਗਿਆ। ਹਜੇ ਫਸਟ ਇਨਫੋਰਮੇਸ਼ਨ ਰਿਪੋਰਟ ਸਾਨੂੰ ਹਜੇ ਇਹਨਾਂ ਨੇ ਦੇਣੀ ਹੈ, ਬਿਆਨ ਲਿਖਾਣਗੇ, ਜਿੱਦਾਂ ਉੱਦਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ। ਕਿੰਨੀਆਂ ਗੋਲੀਆਂ ਚੱਲੀਆਂ ਕਹਿ ਰਹੇ ਨੇ ਉੱਥੇ? ਇਹ ਹਜੇ ਚੈੱਕ ਕਰ ਰਹੇ ਹਾਂ ਅਸੀਂ, ਗੋਲੀਆਂ ਕਿੰਨੀਆਂ ਚੱਲੀਆਂ ਨੇ, ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਕਲੀਅਰ ਹੋ ਜਾਏਗਾ। ਅਤੇ ਹਥਿਆਰ ਲਾਇਸੈਂਸੀ ਸੀਗਾ ਕੋਈ ਇਸ ਤਰ੍ਹਾਂ ਦਾ? ਲਾਇਸੈਂਸੀ ਹਥਿਆਰ ਪਲਵਿੰਦਰ ਸਿੰਘ ਕੋਲ ਹੈਗੇ ਨੇ ਦੋ, ਇੱਕ ਰਿਵਾਲਵਰ ਹੈ ਉਹਦੇ ਕੋਲ, 32 ਬੋਰ, ਇੱਕ 315 ਬੋਰ ਰਾਈਫਲ ਹੈ। ਇਹ ਖੇਤ 'ਚ ਹੀ ਹੋਇਆ ਜੀ ਸਰ? ਖੇਤ ਦੇ ਵਿੱਚ ਹੀ ਹੋਇਆ, ਪਾਣੀ ਦੀ ਬਾਰੀ ਪਿੱਛੇ ਲੜਾਈ। ਕੋਈ ਦੱਸਿਆ ਜੀ ਮੁੱਢਲੀ ਤਫਤੀਸ਼ 'ਚ ਆਇਆ ਕਿ ਕੀ ਕਾਰਨ ਕੀ ਬਣਿਆ ਸੀਗਾ, ਗੱਲਬਾਤ ਕੀ ਹੋਈ ਸੀ ਇਹਨਾਂ 'ਚ? ਨਹੀਂ, ਹਜੇ ਇਹਨਾਂ ਦੇ ਬਿਆਨ ਲੈਣੇ ਨੇ, ਜਿੱਦਾਂ ਬਿਆਨ ਦੇਣਗੇ ਉਸ ਹਿਸਾਬ ਨਾਲ ਫਿਰ ਇਨਵੈਸਟੀਗੇਸ਼ਨ ਕਰਾਂਗੇ। ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਘਟਨਾ ਨੂੰ? ਇਹ ਬੜੀ ਮਾੜੀ ਘਟਨਾ ਹੋਈ ਹੈ, ਇੱਦਾਂ ਨਹੀਂ ਕਰਨਾ ਚਾਹੀਦਾ। ਕੋਈ ਆਪਾਂ ਨੂੰ ਕੋਈ ਜੇ ਕੋਈ ਛੋਟਾ ਜਿਹਾ ਮਸਲਾ ਸੀ ਪਾਣੀ ਦਾ, ਬਹਿ ਕੇ ਹੱਲ ਹੋ ਜਾਂਦਾ ਹੁੰਦਾ। ਪੰਚ ਸਰਪੰਚ ਪੰਚਾਇਤਾਂ ਇਸੇ ਕਰਕੇ ਬਣਾਈਆਂ ਜਾਂਦੀਆਂ ਪਿੰਡ ਦੇ ਮਸਲੇ ਹੱਲ ਕਰਨ ਲਈ। ਜੇ ਕੋਈ ਇੱਦਾਂ ਪਾਣੀ ਦਾ ਕੋਈ ਰੌਲਾ ਪੈਂਦਾ ਤਾਂ ਪੰਚ ਸਰਪੰਚ ਨੂੰ ਉਹਦੀ ਕੰਪਲੇਂਟ ਕੀਤੀ ਜਾਵੇ, ਪਹਿਲਾਂ ਉਹ ਪੰਚਾਇਤ ਕੋਸ਼ਿਸ਼ ਕਰਦੀ ਹੈ ਵੀ ਪਿੰਡ 'ਚ ਨਿਬੜ ਜਾਵੇ, ਨਹੀਂ ਤਾਂ ਫਿਰ ਥਾਣੇ 'ਚ ਵੀ ਆ ਜਾਂਦਾ ਹੁੰਦਾ ਮਾਮਲਾ। ਹਾਂਜੀ, ਉੱਥੇ ਬਹਿ ਕੇ ਨਿਬੜ ਆਪਦੀ ਜ਼ਮੀਨ ਵੀ ਸੀ ਇਹਨਾਂ ਦੀ, ਕੁਛ ਠੇਕੇ 'ਤੇ ਲੈਂਦੇ ਸੀ ਆਪਸ 'ਚ। ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ ਕਿ ਅੱਜ ਹੀ ਵਿਵਾਦ ਹੋਇਆ ਜੀ ਇਹਦਾ? ਨਹੀਂ, ਹਜੇ ਸਟੇਟਮੈਂਟ ਆਏਗੀ, ਫਿਰ ਉਦੋਂ ਬਾਅਦ ਇਹ ਗੱਲ ਕਲੀਅਰ ਹੋਏਗੀ। ਹੁਣ ਸਟੇਟਮੈਂਟ ਰਿਕਾਰਡ ਕਰਕੇ 302 ਦਾ ਪਰਚਾ ਦਰਜ ਕੀਤਾ ਜਾਏਗਾ। ਗ੍ਰਿਫਤਾਰੀ ਹੋਈ ਹੈ ਜੀ ਕਿਸੇ ਦੀ? ਨਹੀਂ, ਹਜੇ ਨਹੀਂ। ਫਿਲਹਾਲ ਕੋਈ ਟੀਮਾਂ ਲਗਾਈਆਂ ਗਈਆਂ ਨੇ? ਟੀਮਾਂ ਬਣਾ ਕੇ ਭੇਜੀਆਂ ਗਈਆਂ ਨੇ ਅਤੇ ਜਲਦੀ ਅਰੈਸਟ ਕਰ ਲਏ ਜਾਣਗੇ ਮੁਜਰਮ।